ਗੁਰਪ੍ਰੀਤ ਜੀ ਦਿਓ ਜਾਣਕਾਰੀ, ਇੰਨਾ ਰੋਸ ਮੁਜ਼ਾਹਰਾ ਕਰਨ ਦੇ ਬਾਵਜੂਦ ਵੀ, ਇੰਨੇ ਦਿਨ ਧਰਨੇ ਲੱਗਣ ਦੇ ਬਾਵਜੂਦ ਵੀ ਕੋਈ ਸਰਕਾਰ ਨਹੀਂ ਤੁਹਾਡੀ ਸੁਣਵਾ ਰਹੀ, ਅੱਜ ਦੀ ਪੁਤਲਾ ਵੀ ਸਾੜਿਆ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਪੰਜਾਬ ਦੀ ਕੈਬਨਿਟ ਨੇ 3 ਅਕਤੂਬਰ ਨੂੰ SS ਰਮਸਾ ਅਧਿਆਪਕਾਂ ਮਾਡਲ ਅਤੇ ਆਦਰਸ਼ ਅਧਿਆਪਕਾਂ ਦੀ ਤਨਖਾਹ ਦੇ ਵਿੱਚ 75% ਕੱਟ ਲਾ ਦਿੱਤਾ ਸੀਗਾ। ਉਸੇ ਦੇ ਰੋਸ ਵਜੋਂ ਅਸੀਂ ਪਟਿਆਲੇ ਦੇ ਵਿੱਚ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਦੇ ਹੇਠ ਅੱਜ ਜਿਹੜਾ ਸਾਡਾ ਮਰਨਵਰਤ ਪੱਕਾ ਮੋਰਚਾ 12ਵੇਂ ਦਿਨ ਵਿੱਚ ਪ੍ਰਵੇਸ਼ ਕਰ ਰਿਹਾ। ਪਰ ਪੰਜਾਬ ਦੀ ਜਿਹੜੀ ਕੈਪਟਨ ਸਰਕਾਰ ਹੈ, ਇਹਨਾਂ ਦੇ ਬਿਲਕੁਲ ਨਾ ਤਾਂ ਇਹ ਸਾਡੇ ਨਾਲ ਗੱਲਬਾਤ ਕਰਨ ਲਈ ਅੱਗੇ ਆਏ ਹੈਗੇ ਹੈ, ਨਾ ਹੀ ਸਾਡੇ ਨਾਲ ਕੋਈ ਰਾਬਤਾ ਕਾਇਮ ਕੀਤਾ ਹੈਗਾ। ਇਸੇ ਹੀ ਰੋਸ ਵਜੋਂ ਕਿ ਸਾਡਾ 12ਵੇਂ ਦਿਨ 'ਚ ਮਰਨਵਰਤ ਪਹੁੰਚ ਗਿਆ, ਅੱਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਕੈਪਟਨ ਦੇ ਕੈਬਨਿਟ ਦੇ ਜਿਹਦੇ ਵਿੱਚ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਹੈ ਔਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੈ, ਇਸ ਤੋਂ ਇਲਾਵਾ ਸਿੱਖਿਆ ਮੰਤਰੀ ਜਿਹੜਾ ਹੈਗਾ ਹੈ, ਔਰ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਜਿਹੜੇ ਅੱਜ ਪੁਤਲੇ ਜਿਹੜੇ ਆ ਬੁੱਤ ਰੂਪੀ ਉਹ ਪੂਰੇ ਪੰਜਾਬ ਦੇ ਵਿੱਚ ਫੂਕੇ ਜਾ ਰਹੇ। ਸੁਣਨ 'ਚ ਆਇਆ ਵੀ ਕੁਛ ਟੀਚਰ ਉਹਨਾਂ ਦੀ ਗੱਲ ਮੰਨ ਵੀ ਚੁੱਕੇ ਨੇ। ਬਿਲਕੁਲ ਨਹੀਂ ਜੀ, ਇਹ ਪੰਜਾਬ ਸਰਕਾਰ ਜਿਹੜੀ ਹੈ ਇਹ ਲੋਕਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਪੰਜਾਬ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਕਿ ਆਓ ਸਾਡੇ ਨਾਲ ਤੁਸੀਂ ਬੈਠੋ, ਅਸੀਂ ਤੁਹਾਨੂੰ ਸਾਨੂੰ ਡਾਟਾ ਦਿਓ ਵੀ ਕਿਹੜੇ 94% ਅਧਿਆਪਕ ਨੇ ਜਿਨ੍ਹਾਂ ਨੇ ਇਹ ਸਹਿਮਤੀ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਜਿਹੜਾ ਬਿਲਕੁਲ ਝੂਠ ਦਾ ਪਲੰਦਾ ਬਣਾਇਆ ਜਾ ਰਿਹਾ। ਇਸ ਗੱਲ ਦਾ ਲਗਭਗ ਪੰਜਾਬ ਦੇ ਲੋਕਾਂ ਨੂੰ ਕਲੀਅਰ ਹੋ ਚੁੱਕਾ ਜੀ। ਜੇ ਮੰਗਾਂ ਨਹੀਂ ਮੰਗਦੇ ਤਾਂ ਕੀ ਤੁਹਾਡਾ ਸੰਘਰਸ਼ ਹੋ ਗਿਆ, ਕਿਉਂਕਿ ਸੰਘਰਸ਼ ਤੁਹਾਡਾ ਪਹਿਲਾਂ ਵੀ ਚੱਲ ਰਿਹਾ ਆਲਰੇਡੀ? ਦੇਖੋ ਜੀ, ਜੇ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਗਦੀਆਂ, ਸਾਡਾ ਸੰਘਰਸ਼ ਤਦ ਤੱਕ ਜਾਰੀ ਰਹੂਗਾ ਜਦ ਤੱਕ ਸਾਡੀਆਂ ਜਿਹੜੀਆਂ ਸਾਰੀਆਂ ਮੰਗਾਂ ਜਿਹੜੀਆਂ ਸਰਕਾਰ ਨਹੀਂ ਮੰਨਦੀ। ਇਸ ਤੋਂ ਇਲਾਵਾ ਅਸੀਂ 21 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਦੇ ਵਿੱਚ ਇੱਕ ਮਹਾਂਰੈਲੀ ਕਰਨ ਜਾ ਰਹੇ ਹੈਗੇ ਹਾਂ ਔਰ ਇਸ ਪੰਜਾਬ ਦੀ ਜਿਹੜੀ ਗੂੰਗੀ ਬੋਲੀ ਸਰਕਾਰ ਹੈ ਉਹਦੇ ਕੰਨਾਂ ਤੱਕ ਅਸੀਂ ਆਪਣੀ ਆਵਾਜ਼ ਜਿਹੜੀ ਹੈ ਉਹ ਬੁਲੰਦ ਕਰਾਂਗੇ। ਜੇ ਗੱਲ ਕਰੀਏ ਬੱਚਿਆਂ ਦੀ ਪੜ੍ਹਾਈ ਦੇ ਬਾਰੇ, ਬੱਚਿਆਂ ਦੀ ਪੜ੍ਹਾਈ ਦੇਖੋ, ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਉਹ ਅਸੀਂ ਬੱਚਿਆਂ ਦੇ ਪੰਜਾਬ ਦੇ ਉਹਨਾਂ ਸਰਕਾਰੀ ਸਕੂਲਾਂ 'ਚ ਬੈਠੇ ਹਾਂ।